ਸਿੱਧੀਆਂ ਗੋਲੀਆਂ ਮਾਰੀਆਂ, ਸਿੱਧੀਆਂ ਗੋਲੀਆਂ ਮਾਰੀਆਂ, ਪਹਿਲਾਂ ਰੋਕਦੇ ਹੋ, ਅਥਰੂ ਗਏ ਤੇ ਗੋਲੇ ਸਾਡੇ ਜਾਂ ਸਾਨੂੰ ਕੰਡੇ ਹੁਣ ਮਹਾਰਾਜ ਨੌਜਵਾਨ ਖਿਜੋਰੀ ਕੱਢ ਰਹੇ ਤੇ ਤਾਰਾਂ ਲਾ ਰੱਖੀਆਂ ਸਾਡੇ ਪਿੰਡਾਂ 'ਚ ਵੜਨ ਗਏ, ਨਹੀਂ ਵੜਨ ਦਿੰਦੇ, ਨਹੀਂ ਵੜਨ ਦਿੰਦੇ, ਅਸੀਂ ਦਿੱਲੀ 'ਚ ਨਹੀਂ ਵੜ ਦਿੱਤਾ ਗਾ ਸਾਨੂੰ, ਅਸੀਂ ਪਿੰਡਾਂ 'ਚ ਜੀ ਮੇਰੇ ਪਿੱਛੇ ਤੁਸੀਂ ਬੀਬੀਆਂ ਨੂੰ ਦੇਖੋ ਬੈਠੀਆਂ ਨੇ, ਉਹਨਾਂ ਨੂੰ ਪੁੱਛੋ ਵੀ ਉਹ ਕਿੰਨੀਆਂ ਦੁਖੀ ਨੇ ਝਾੜੂ ਦੀ ਸਰਕਾਰ ਤੋਂ ਤੇ ਬਾਕੀ ਜਿਹੜੇ ਇੱਥੇ ਪਹਿਲਾਂ MP ਰਹੇ ਆ ਉਹਨਾਂ ਤੋਂ, ਅਤੇ ਬਹੁਤ ਵੱਡਾ ਹੁੰਗਾਰਾ ਮਿਲ ਰਿਹਾ, ਬਹੁਤ ਖੁਸ਼ ਨੇ ਸਾਰੇ ਕਿ ਇਸ ਵਾਰੀ ਉਹ BJP ਨੂੰ ਵੋਟਾਂ ਪਾਉਣ ਜਾ ਰਹੇ ਆ, ਬਹੁਤ ਵਧੀਆ ਰਿਸਪੋਂਸ ਹੈ। ਮੈਡਮ ਤੁਸੀਂ 8 ਹਲਕਿਆਂ 'ਚ ਹੋਰ ਵੀ ਗਏ ਹੋ, ਜਿਵੇਂ ਤੁਹਾਡੇ ਨਾਲ ਜਿਹੜੇ ਲੜ ਰਹੇ ਮੌਜੂਦਾ ਸੱਤਾਧਾਰ ਦਾ ਉਮੀਦਵਾਰ ਹੈ, ਮੌਜੂਦਾ MP ਹੈ, ਤੁਸੀਂ ਗਏ 8 ਹਲਕਿਆਂ 'ਚ, ਤੁਹਾਨੂੰ ਲੋਕਾਂ ਦਾ ਕਿੰਨਾ ਕੁ ਹੁੰਗਾਰਾ ਉਹਨਾਂ ਤੋਂ ਇਲਾਵਾ ਮਿਲ ਰਿਹਾ, ਕਿੰਨੀ ਕੁ ਜਿੱਤ ਦੀ ਉਮੀਦ ਹੈ? 100% ਜਿੱਤ ਦੀ ਉਮੀਦ ਹੈ ਜੀ, ਬਹੁਤ ਜ਼ਿਆਦਾ ਹੁੰਗਾਰਾ ਮਿਲ ਰਿਹਾ, ਕੋਈ ਸੋਚਿਆ ਨਹੀਂ ਜਾ ਸਕਦਾ। ਰਾਤ ਮੈਂ ਇੱਕ ਫੰਕਸ਼ਨ 'ਤੇ ਗਈ ਸੀ, ਉੱਥੇ ਹਜ਼ਾਰਾਂ ਲੋਕ ਨੱਚ ਰਹੇ ਸੀ, ਕੋਈ ਉਹਨਾਂ ਦਾ ਫੰਕਸ਼ਨ ਸੀਗਾ, ਜਦੋਂ ਉਹਨਾਂ ਨੂੰ ਦੱਸਿਆ ਕਿ ਭਾਜਪਾ ਦਾ ਉਮੀਦਵਾਰ ਆਇਆ, ਉਹਨਾਂ ਨੇ 2 ਮਿੰਟ ਵੈਸੇ ਹੀ ਚਲੋ ਤੁਹਾਨੂੰ ਵਧਾਈ ਦੇਣੀ ਹੈ, ਅਤੇ ਉਹ ਉੱਥੇ ਜਦੋਂ ਉਹਨਾਂ ਨੇ ਬੈਠਣ ਨੂੰ ਕਿਹਾ, 5000 ਬੰਦਾ ਇੱਕੋ ਦਮ ਐਂ ਬੈਠ ਗਿਆ ਜਿਵੇਂ ਕੋਈ ਆਪਾਂ ਕਹਿੰਦੇ ਹਾਂ ਵੀ ਛੱਤ ਉਹ ਡਾਊਨ ਕਰਨੀ ਹੁੰਦੀ ਹੈ, ਅਤੇ ਬਹੁਤ ਮਤਲਬ ਲੋਕ ਖੁਸ਼ ਨੇ, ਮਤਲਬ ਖੁਸ਼ੀ ਚੜ੍ਹ ਗਈ ਲੋਕਾਂ ਨੂੰ ਦੇਖ ਕੇ ਵੀ ਭਾਜਪਾ ਦੇ ਉਮੀਦਵਾਰ ਆਏ ਆ, ਅਤੇ ਬਹੁਤ ਮਤਲਬ ਰਿਸਪੋਂਸ ਹੈ ਵਧੀਆ। ਮੈਂ ਤੁਸੀਂ ਜਿਵੇਂ ਜਾ ਰਹੇ ਹੋ ਪਿੰਡਾਂ 'ਚ, ਜਿਵੇਂ ਕਿਸਾਨ ਵੀ ਜਾ ਰਹੇ ਵਿਰੋਧ ਕਰਨ, ਕੀ ਲੱਗਦਾ? ਆਮ ਆਦਮੀ ਪਾਰਟੀ ਵਾਲੇ ਜਾ ਰਹੇ ਆ ਜੀ, ਕਿਸਾਨ ਨਹੀਂ ਜਾ ਰਹੇ, ਨਾਲ ਨਾਲ ਆਮ ਆਦਮੀ ਪਾਰਟੀ ਵਾਲੇ ਜਾ ਰਹੇ ਆ, ਉਹ ਕਹਿੰਦੇ ਆ ਵੀ ਕੰਪੇਨ ਨੂੰ ਆਪਾਂ ਘਟਾਈਏ, ਇਹਨਾਂ ਦੀ ਕੰਪੇਨ ਜ਼ਿਆਦਾ ਸੋਹਣੀ ਚੱਲਣ ਲੱਗ ਪਈ, ਸਾਡੀ ਕੰਪੇਨ ਹੁਣ ਪੂਰੇ ਜ਼ੋਰਾਂ 'ਤੇ ਹੈ, ਇਸ ਗੱਲ ਤੋਂ ਘਬਰਾ ਕੇ ਆਮ ਆਦਮੀ ਪਾਰਟੀ ਅਕਾਲੀ ਦਲ ਉਹ ਸਾਡੇ ਨਾਲ ਚੱਲ ਰਿਹਾ, ਸਾਡੇ ਕੰਪੇਨ ਨੂੰ ਖਰਾਬ ਕਰਨਾ ਚਾਹੁੰਦਾ, ਕੋਈ ਕਿਸਾਨ ਸਾਨੂੰ ਅਪੋਜ਼ ਨਹੀਂ ਕਰ ਰਿਹਾ। ਇਹ ਸਿੱਧੇ ਰੂਪ ਦੇ ਵਿੱਚ ਉਹ ਖੇਤੀ ਕਾਨੂੰਨ ਹੀ ਲਾਗੂ ਹੋ ਰਹੇ ਹੈ, ਇਸ ਕਰਕੇ ਇਹ ਸਾਰਾ ਜਿਹੜਾ ਹੈਗਾ ਸਾਡੇ ਲੋਕਾਂ ਦੇ ਉਲਟ ਫੈਸਲੇ ਨੇ, ਅਤੇ ਇਹਨਾਂ ਨੇ ਉੱਥੇ ਜਦੋਂ ਇਹਨਾਂ ਫੈਸਲਿਆਂ ਦੇ ਖਿਲਾਫ ਅਸੀਂ ਦਿੱਲੀ ਜਾਂਦੇ ਸੀ, ਰਾਹ ਦੇ ਵਿੱਚ ਬੈਰੀਕੇਡ ਲਾ ਕੇ ਜਿਹੜੇ ਨਾਕੇ ਲਾ ਕੇ ਸਾਨੂੰ ਉੱਥੇ ਜਾਣ ਨਹੀਂ ਦਿੱਤਾ, ਅਤੇ ਨਾਲ ਹੀ ਆ ਜਿਹੜੇ ਛੰਭੂ ਬਾਰਡਰ ਦੇ ਉੱਤੇ ਬੈਰੀਕੇਡ ਲਾਏ, ਉੱਥੇ ਅਥਰੂ ਗਏ ਦੇ ਗੋਲੇ ਛੱਡੇ, ਸਿੱਧੀਆਂ ਗੋਲੀਆਂ ਚਲਾਈਆਂ, ਅਤੇ ਸ਼ੁਭਕਾਨ ਸਿੰਘ ਦੀ ਮੌਤ ਹੋਈ ਹੈ, 700 ਤੋਂ ਉੱਪਰ ਕਿਸਾਨ ਸਾਡੇ ਸ਼ਹੀਦ ਹੋ ਗਏ, ਇਸ ਕਰਕੇ ਇਹਨਾਂ ਨੇ ਸਾਡਾ ਜਮਹੂਰੀ ਹੱਕ ਆ ਜਿਹੜਾ ਉਹਨੂੰ ਵੀ ਜ਼ਬਰ ਦੇ ਦੋ ਜ਼ੋਰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ, ਹੁਣ ਕਿਹੜੇ ਮੂੰਹ ਨਾਲ ਪਿੰਡਾਂ ਵਿੱਚ ਆਉਂਦੇ ਹੈ ਭਾਜਪਾ ਦੇ ਉਮੀਦਵਾਰ ਜਿਹੜੇ ਹੈਗੇ, ਇਸ ਕਰਕੇ ਅਸੀਂ ਫੈਸਲਾ ਕੀਤਾ ਕਿ ਇਹਨਾਂ ਨੂੰ ਪਿੰਡਾਂ ਵਿੱਚ ਨਹੀਂ ਵੜਨ ਦਿਆਂਗੇ, ਇੱਥੇ ਜ਼ਬਰਦਸਤ ਨਾਕਾਬੰਦੀ ਕੀਤੀ ਗਈ ਹੈ, ਅਤੇ ਸਭ ਤੋਂ ਵੱਧ ਅਫਸੋਸ ਦੀ ਗੱਲ ਹੈ ਕਿ ਸਾਡੀਆਂ ਧੀਆਂ ਭੈਣਾਂ ਉਹਨਾਂ ਨੂੰ ਅੱਗੇ ਲਾਇਆ ਗਿਆ ਵੀ ਉਹਨਾਂ ਦੇ ਨਾਲ
ਇਹ ਟਕਰਨ, ਇਸ ਕਰਕੇ ਉਹ ਸਾਡੀਆਂ ਧੀਆਂ ਭੈਣਾਂ ਨੂੰ ਅੱਗੇ ਲਾ ਕੇ ਜਿਵੇਂ ਉਦੋਂ ਔਰੰਗਜ਼ੇਬ ਦੇ ਵੇਲੇ ਗਾਈਆਂ ਅੱਗੇ ਲਾ ਦਿੰਦੇ ਸੀ, ਉਹ ਕੰਮ ਹੁਣ ਇੱਥੇ ਉਹ ਧੀਆਂ ਭੈਣਾਂ ਨਾਲ ਹੁਣ ਅਸੀਂ ਜਫੋ ਜਫੀ ਹੋਈਏ। ਇਸ ਕਰਕੇ ਅਸੀਂ ਜਿਹੜਾ ਇੱਥੇ ਨਾਅਰੇਬਾਜ਼ੀ ਕਰਕੇ ਜ਼ਬਰਦਸਤ ਵਿਰੋਧ ਕਰ ਰਹੇ ਹਾਂ ਕਿ ਤੁਹਾਡਾ ਕੋਈ ਹੱਕ ਨਹੀਂ ਸਾਡੇ ਲੋਕਾਂ ਦੇ ਵਿੱਚ ਆਉਣ ਦਾ। ਤੁਸੀਂ ਸਾਰੇ ਫੈਸਲੇ ਉਲਟ ਕੀਤੇ ਨੇ, ਤੁਸੀਂ ਜੁਮਲਿਆਂ ਦੀ ਰਾਜਨੀਤੀ ਕੀਤੀ ਹੈ। 15-15 ਲੱਖ ਰੁਪਈਆ ਜਿਹੜਾ ਕਹਿੰਦੇ ਸੀ ਤੁਹਾਡੇ ਖਾਤਿਆਂ ਵਿੱਚ ਪਾਵਾਂਗੇ, ਅਤੇ ਸਕਮਾਂ GST ਲਾ ਕੇ ਅਤੇ ਹੋਰ ਸਾਰੀਆਂ ਗੱਲਾਂ ਕਰਕੇ ਕਾਰਪੋਰੇਟਾਂ ਦੇ ਹੱਥ ਦੇ ਵਿੱਚ ਆਹ ਜਿਹੜਾ ਸਾਰਾ ਕੁਛ ਦੇ ਰਹੇ ਹੈ, ਬਿਗ ਮਾਲ ਖੁੱਲ ਰਹੇ ਹੈ ਜਿਹਦੇ ਨਾਲ ਦੁਕਾਨਦਾਰਾਂ ਦਾ ਰੁਜ਼ਗਾਰ ਵੀ ਉੱਜੜਨਾ ਹੈ, ਸਾਡੀ ਖੇਤੀ ਦੇ ਉੱਤੇ, ਸਾਡੇ ਪਾਣੀਆਂ ਦੇ ਉੱਤੇ, ਭਾਖੜਾ ਡੈਮ ਦੇ ਉੱਤੇ ਵੀ ਉਹਨਾਂ ਦੇ ਕਬਜ਼ੇ ਕਰਾ ਰਹੇ ਹੈ। ਇਸ ਕਰਕੇ ਇਹ ਸਾਰਾ ਜਿਹੜਾ ਹੈਗਾ ਸਾਡੇ ਉਹ ਸੁਮੇ ਦੇ ਉੱਤੇ ਕਬਜ਼ੇ ਕਰਾ ਰਹੇ, ਇਸ ਕਰਕੇ ਅਸੀਂ ਜ਼ਬਰਦਸਤ ਵਿਰੋਧ ਭਾਜਪਾ ਦਾ ਕਰ ਰਹੇ ਹਾਂ। ਪ੍ਰਧਾਨ ਜੀ, ਤੁਸੀਂ ਵਿਰੋਧ ਕਰ ਰਹੇ ਹੋ ਕਿ ਕੋਈ ਸਵਾਲ ਕਰਨੇ ਆ, ਜਿਵੇਂ ਅੱਧੇ ਕਿਸਾਨ ਕਹਿ ਰਹੇ ਵੀ ਅਸੀਂ ਸਵਾਲ ਜਵਾਬ ਕਰ ਰਹੇ ਨਹੀਂ, ਸਵਾਲ ਜਵਾਬ ਤਾਂ ਇਹਨਾਂ ਨੂੰ ਉਹਨਾਂ ਉਮੀਦਵਾਰਾਂ ਨੂੰ ਹੁੰਦੇ ਆ ਜਿਨ੍ਹਾਂ ਦਾ ਕੋਈ ਮਾੜਾ ਮੋਟਾ ਐਂ ਹੁੰਦਾ ਵੀ ਅਸੀਂ ਕੋਈ ਗੱਲ ਸੁਣਦੇ ਹਾਂ ਜਾਂ ਕਰਦੇ ਹਾਂ। ਇਹਨਾਂ ਦਾ ਸਾਰੇ ਫੈਸਲੇ ਹੀ ਉਲਟ ਹੈ, ਇਹ ਤਾਂ ਸਾਡੇ ਕਿਸਾਨਾਂ ਮਜ਼ਦੂਰਾਂ ਦੇ ਕਾਤਲ ਹੈ। ਇਸ ਕਰਕੇ ਇਹਨਾਂ ਨੂੰ ਹੁਣ ਸਵਾਲ ਕਰੀਏ, ਅਸੀਂ ਸਵਾਲ ਤਾਂ ਸਕਮਾ ਇਹਨਾਂ ਨੂੰ ਜਿਹੜਾ ਹੈਗਾ ਇਹਨਾਂ ਨੂੰ ਤਾਂ ਪਿੰਡਾਂ 'ਚ ਹੀ ਨਹੀਂ ਬਣ ਦੇਣਾ। ਜਿਹੜਾ ਇਹ ਆ, ਅਸੀਂ ਸਾਰੇ ਕਿਸਾਨਾਂ ਮਜ਼ਦੂਰਾਂ ਨੂੰ ਅਪੀਲ ਕਰਦੇ ਹਾਂ ਅਤੇ ਸੰਯੁਕਤ ਕਿਸਾਨ ਮੋਰਚੇ ਦਾ ਸੱਦਾ ਹੈ ਕਿ ਇਹਨਾਂ ਨੂੰ ਮੂੰਹ ਹੀ ਨਾ ਲਾਓ, ਇਹਨਾਂ ਨੂੰ ਪਿੰਡਾਂ 'ਚ ਆ ਸਵਾਲ ਜਵਾਬ ਤਾਂ ਕੀ ਬਣਨ ਹੀ ਨਾ ਦਿਓ। ਇਸ ਕਰਕੇ ਸਾਡਾ ਫੈਸਲਾ ਤਾਂ ਇਹ ਹੈ ਕਿ ਇਹਨਾਂ ਨੂੰ ਪੂਰੀ ਤਰ੍ਹਾਂ ਨਖੇੜੋ, ਇਹਨਾਂ ਨੂੰ ਪਤਾ ਲੱਗੇ ਕਿ ਅਸੀਂ ਲੋਕਾਂ ਦੇ ਉਲਟ ਫੈਸਲੇ ਕਰਕੇ ਕਾਰਪੋਰੇਟਾਂ ਦੇ ਹੱਕ ਦੇ ਵਿੱਚ ਭੁਗਤ ਕੇ ਇਹ ਜਿਹੜਾ ਲੋਕਾਂ ਨਾਲ ਧਰੋਕ ਮਾਰ ਰਹੇ ਹਾਂ ਉਹਦਾ ਜਿਹੜਾ ਖਮਿਆਜ਼ਾ ਇਹਨਾਂ ਨੂੰ ਭੁਗਤਣਾ ਪਵੇ। ਪ੍ਰਧਾਨ ਜੀ, ਉਮੀਦਵਾਰ ਕਹਿ ਰਹੇ ਆ ਵੀ ਜਿਹੜੇ ਵਿਰੋਧ ਕਰ ਰਹੇ ਆ ਉਹ ਕੋਈ ਇੰਨੇ ਕਿਸਾਨ ਹੀ ਹੈ, ਜੋ ਆਪਣੇ ਉਹਨਾਂ ਦੂਜੀ ਉਹਨਾਂ ਵੱਲੋਂ ਭੇਜੇ ਗਿਆ ਪਾਰਟੀਆਂ ਵੱਲੋਂ, ਤੁਹਾਡਾ ਕੀ ਕਹਿਣਾ ਇਸ ਮਾਮਲੇ? ਨਹੀਂ, ਕਿਸਾਨ ਤਾਂ ਇਹ ਨਹੀਂ ਹੈਗੇ, ਇਹ ਕਿਸਾਨ ਕਿਵੇਂ ਹੋ ਗਏ? ਇਹ ਪਾਰਟੀਆਂ ਕਿਹੜੀਆਂ ਪਾਰਟੀਆਂ ਦੇ ਭੇਜੇ ਵੇ? ਕਿਸੇ ਸਾਡਾ ਕਿਸੇ ਪਾਰਟੀ ਨਾਲ ਕੋਈ ਨਹੀਂ ਹੈ। ਅਸੀਂ ਜਦੋਂ ਅਕਾਲੀਆਂ ਦੀ ਸਰਕਾਰ ਸੀ ਤਾਂ ਉਸ ਮੌਕੇ ਆਹ ਖੇਤੀ ਕਾਨੂੰਨਾਂ ਦੇ ਖਿਲਾਫ਼ ਲੜਾਈ ਲੜੀ ਤਾਂ ਇੱਥੇ ਜਿਹੜਾ ਜ਼ਬਰਦਸਤ ਵਿਰੋਧ ਹੋਇਆ ਉਹਦੇ ਘਰਾਂ ਅੱਗੇ ਧਰਨੇ ਲਏ, ਉਹਨਾਂ ਨੂੰ ਮਜਬੂਰ ਕੀਤਾ ਕਿ ਉਹ ਜਿਹੜੇ ਹੈਗੇ ਆ ਹਮਾਇਤ ਵਾਪਸ ਲੈਣ, ਉਹਨਾਂ ਤੋਂ ਵਾਪਸ ਆਉਣ। ਇਸ ਕਰਕੇ ਆਹ ਜਦੋਂ ਗੁਰਮੀਤ ਖੁੱਡੀਆਂ ਨੇ ਜਿਹੜਾ ਹੈਗਾ ਇੱਥੇ ਪਿੰਡਾਂ 'ਚ ਗਿਆ, ਸਾਡੇ ਸਵਾਲ ਕੀਤੇ ਨੇ, ਇਹਨਾਂ ਨੂੰ ਸਵਾਲ ਕੀਤੇ ਆ ਜ਼ਰੂਰ, ਕਿਉਂਕਿ ਇਹ ਸਾਡੇ ਲੋਕਾਂ ਨੂੰ ਇਉਂ ਲੱਗਦਾ ਸੀ ਵੀ ਸ਼ਾਇਦ ਇਹ ਸਰਕਾਰ ਸਾਡੇ ਲੋਕਾਂ ਦੀ ਗੱਲ ਸੁਣੂ, ਪਰ ਉਹਨਾਂ ਨੇ ਇੱਥੇ ਲੰਬੀ 'ਚ ਸਾਡੇ ਉੱਤੇ ਲਾਠੀਚਾਰਜ ਕਰਾਇਆ। ਆਹ ਜਿਹੜਾ ਗੁਲਾਬੀ ਸੁੰਡੀ ਨਾਲ ਨੁਕਸਾਨ ਹੋਇਆ ਨਰਮੇ ਦਾ, ਉਹਦਾ ਮੁਆਵਜ਼ਾ ਨਹੀਂ, ਤਿੰਨ ਚਾਰ ਪਿੰਡ ਰਹਿੰਦੇ ਨੇ ਅਜੇ, ਸਾਡੇ ਉੱਤੇ ਕੇਸ ਬਣਾਏ ਨੇ, ਇਹ ਸਾਰਾ ਬਕਾਇਦਾ ਵਹਿ ਕੇ ਗੱਲ ਹੋਈ ਹੈ। ਆਪਣੇ ਜਿਹੜੇ ਹੈਗੇ ਆ ਵਿੱਚ ਗੁਰਮੀਤ ਖੁੱਡੀਆਂ ਸੀ, ਮੁੱਖ ਮੰਤਰੀ ਭਗਵੰਤ ਮਾਨ ਸੀ, ਉਹਨਾਂ ਨੇ ਕਿਹਾ ਸੀ ਕਿ ਆ ਪਿੰਡਾਂ ਨੂੰ ਮੁਆਵਜ਼ਾ ਵੀ ਮਿਲੂ ਜਿਹੜਾ ਰਹਿੰਦਾ, ਅਤੇ ਨਾਲ ਜਿਹੜਾ ਕੇਸ ਵੀ ਵਾਪਸ ਹੋਣਗੇ, ਪਰ ਅਜੇ ਤੱਕ ਨਹੀਂ ਹੋਇਆ। ਇਸ ਕਰਕੇ ਇਹਨਾਂ ਨੂੰ ਵੀ ਸਵਾਲ ਕਰਦੇ, ਇਸ ਕਰਕੇ ਅਸੀਂ ਕਿਵੇਂ ਜਿਹੜਾ ਪਾਰਟੀਆਂ ਦੇ ਭੇਜੇ ਹੋ ਗਏ? ਅਸੀਂ ਤਾਂ ਸਾਰਾ ਉਹਨਾਂ ਪਾਰਟੀਆਂ ਦਾ ਵਿਰੋਧ ਕਰਦੇ ਹਾਂ ਜਿਹੜੀਆਂ ਪਾਰਟੀਆਂ ਆ ਕਾਰਪੋਰੇਟ ਪੱਖੀ ਨੀਤੀਆਂ ਲਾਗੂ ਕਰਦੀਆਂ ਨੇ। ਇਸ ਕਰਕੇ ਇਹ ਸਾਰੇ ਹੀ ਅਸਲ ਦੇ ਵਿੱਚ ਤਾਂ ਨੀਤੀਆਂ ਲਾਗੂ ਕਰਨ 'ਤੇ ਲੱਗੇ ਹੋਏ ਆ, ਇਸੇ ਕਰਕੇ ਇਹਨਾਂ ਦਾ ਕੋਈ ਐਂ ਰਹੀ ਨਹੀਂ ਗਿਆ। ਇਹਨੂੰ ਕਿਹੜੀ ਪਾਰਟੀ ਦਾ ਕਹੀਏ? ਕਿਸੇ ਉਮੀਦਵਾਰ ਨੂੰ ਹੱਥ ਨੇ ਇੱਕ ਪਾਰਟੀ ਨਾਲ ਹੁੰਦਾ, ਤੜਕੇ ਨੂੰ ਦੂਜੀ ਪਾਰਟੀ ਛਾਲ ਮਾਰ ਜਾਂਦਾ। ਇਸ ਕਰਕੇ ਕਿਸੇ ਦਾ ਇਹਨੂੰ ਕਿਵੇਂ ਕਹਿ ਦਈਏ ਵੀ ਆਹ ਕੋਈ ਭਾਜਪਾ ਦਾ, ਆਹ ਕੋਈ ਅਕਾਲੀਆਂ ਦਾ, ਆਹ ਕੋਈ ਕਾਂਗਰਸ ਦਾ, ਆਹ ਕੋਈ ਆਪ ਦਾ? ਇਹ ਤਾਂ ਹੁਣ ਜਿਹਨਾਂ ਦੀ ਇਹਨਾਂ ਦੀ ਨੈਤਿਕਤਾ, ਇਹਨਾਂ ਦਾ ਮਿਆਰ ਤਾਂ ਸਿਰਫ ਇਹ ਰਹਿ ਗਿਆ ਕਿ ਕਾਰਪੋਰੇਟਾਂ ਨੂੰ ਰਜਾਉਣਾ, ਉਸ ਪੱਖੀ ਨੀਤੀਆਂ ਲਾਗੂ ਕਰਨੀਆਂ। ਇਸ ਕਰਕੇ ਸਾਡੇ ਕਿਸਾਨਾਂ ਦੇ ਪੱਖ ਦੀ ਤਾਂ ਕੋਈ ਗੱਲ ਹੀ ਨਹੀਂ ਰਹੀ।